ਮਾਂ ਬੇਟੇ ਨੂੰ ਵੇਖ ਕੇ ਖੁਸ਼ੀ ਹੋਵੇ ਫਸਲ ਜੱਟ ਦੇ ਦਿਲ ਨੂੰ ਮੋਲ ਲੈਂਦੀ ਬਾਬਾ ਭਾਰਤੀ ਕੋੜੇ ਨੂੰ ਵੇਖਦੇ ਜਾਂ ਦਿਲ ਉਹਨਾਂ ਦੇ ਵੀ ਇੰਜ ਖੋਪੈਂਦੀ ਭਜਨ ਬੰਦਗੀ ਤੋਂ ਜੋ ਵੀ ਸਮਾਂ ਬਚਦਾ ਸਾਰਾ ਕੋੜੇ ਦੇ ਉੱਤੇ ਹੀ ਲਾ ਦਿੰਦੇ ਕਦੇ ਖਰ ਖਰਾ ਪਿੰਡੇ ਤੇ ਫੇਰ ਦੇ ਸੀ ਅਥੇ ਆਪਣੇ ਦਾਣਾ ਵੀ ਪਾ ਦੇਂਦੇ ਕੋੜਾ ਸੋਨਾ ਸੁਡੌਲਤੇ ਸੀ ਬੰਕਾਰ ਸਾਰੇ ਵਿੱਚ ਇਲਾਕੇ مشهور ਹੋਇਆ ਬਾਬੇ ਉਸ ਦਾ ਨਾਂ ਸੁਲਤਾਨ ਰੱਖਿਆ ਨਾਲੇ ਉਸ ਤੇ ਬਹੁਤ ਗਰੂਰ ਹੋਇਆ ਜੈ ਦਾਦ ਛੱਡੀ ਸ਼ਹਿਰ ਛੱਡ ਦਿੱਤਾ ਪਿੰਡ ਛੋਟੇ ਜੇ ਮੰਦਰ ਵਿੱਚ ਆ ਬੈਠੇ ਜਾਦੂ ਐਸਾ ਸੁਲਤਾਨ ਨੇ ਤੋੜ ਦਿੱਤਾ ਸਭ ਕੁਝ ਹੀ ਛੱਡ ਛੜਾ ਬੈਠੇ ਜਿਵੇਂ ਬੱਦਲ ਨੂੰ ਵੇਖ ਕੇ ਮੋਰ ਨੱਚੇ ਉਸੇ ਤਰ੍ਹਾਂ ਹੀ ਚਾਲ ਸੁਲਤਾਨ ਦੀ ਏ ਮੈਂ ਇਸ ਤੋਂ ਬਿਨਾ ਨਹੀਂ ਰਹਿ ਸਕਦਾ ਮੇਰੀ ਰੂਹ ਸਾਰਾ ਕੁਝ ਜਾਣਦੀ ਏ ਰੋ ਸ਼ਾਮ ਨੂੰ ਘੋੜੇ ਦੇ ਝਾੜ ਉੱਤੇ ਬਾਬਾ ਭਾਰਤੀ ਸਹਿਰ ਨੂੰ ਜਾਂਵਦੇ ਨੇ 8-10 ਮੀਲ ਦਾ ਚੱਕਰ ਲਾ ਆਉਂਦੇ ਮਨ ਆਪਣੇ ਨੂੰ ਚੈਨ ਪਾਉਂਦੇ ਨੇ ਢਾਕੋ ਉਸ ਇਲਾਕੇ ਦੇ ਵਿੱਚ ਵਿਚਰੇ ਖੜਕ ਸਿੰਘ ਸੀ ਉਸ ਦਾ ਨਾਂ ਕਹਿੰਦੇ ਐਸਾ ਡਰ ਸੀ ਉਸ ਦਾ ਛਾਇਆ ਹੋਇਆ ਨਾ ਸੁਣਦਿਆਂ ਕੰਬਦੇ ਲੋਕ ਰਹਿੰਦੇ ਖੜਕ ਸਿੰਘ ਸੁਲਤਾਨ ਦੀ ਸੁਣੀ ਸ਼ੋਭਾ ਮਨ ਉਸ ਦਾ ਵੇਖਣਾ ਚਾਹੁੰਦਾ ਏ ਇੱਕ ਦਿਨ ਜਾਂ ਸੂਰਜ ਸਿਰ ਆਇਆ ਕੋਲ ਬਾਬਾ ਜੀ ਦੇ ਚੱਲ ਆਉਂਦਾ ਏ ਬਾਬਾ ਭਾਰਤੀ ਪੁੱਛਦੇ ਖੜਕ ਸਿੰਘ ਨੂੰ ਤੂੰ ਦੱਸ ਭਾਈ ਕਿਹੜੇ ਕੰਮ ਆਇਆ ਅੱਗੋਂ ਮੋੜ 'ਮਾ ਉਸ ਜਵਾਬ ਦਿੱਤਾ ਨਾ ਤੁਹਾਡੇ ਸੁਲਤਾਨ ਦਾ ਖੇਚ ਲਿਆ ਆ ਬਾਬਾ ਭਾਰਤੀ ਉਸ ਦੇ ਗੱਲ ਸੁਣ ਕੇ ਉਹਨੂੰ ਘੋੜੇ ਦੇ ਕੋਲ ਲੈ ਜਾਉਂਦੇ ਨੇ ਨਾਲੇ ਸਿਫ ਸੁਲਤਾਨ ਦੀ ਕਰੀ ਜਾਂਦੇ ਨਾਲੇ ਉਸ ਦੀ ਚਾਲ ਵੇਖ ਆਉਂਦੇ ਨੇ ਘੋੜਾ ਵੇਖ ਕੇ ਖੜਕ ਸਿੰਘ 당 ਰਹਾ ਮਨ ਉਸ ਦਾ ਲਾਲਚ ਦੇ ਵਸ ਹੋਵੇ ਜਿਸ ਚੀਜ਼ ਤੇ ਉਸ ਦਾ ਮਨ ਆਵੇ ਉਹਦਾ ਦਿਲ ਕਰਦਾ ਉਹਦੀ ਉਹ ਹੋਵੇ ਉਹਦਾ ਮਨ ਸੋਚੇ ਕੋੜਾ ਬੜਾ ਸੁੰਦਰ ਬਾਬੇ ਇਸ ਦਾ ਕੀ ਕਰਾਵਣਾ ਏ ਜਾਂਦਾ ਜਾਂਦਾ ਉਹ ਬਾਬੇ ਨੂੰ ਆਖ ਗਿਆ ਇਹ ਕੋੜਾ ਤਾਂ ਮੈਂ ਲੈ ਜਾਵਣਾ ਏ ਉਸ ਦਿਨ ਤੋਂ ਬਾਬੇ ਦੀ ਨੀਂਦ ਉੱਡੀ ਰਾਖੀ ਕਰਦਿਆਂ ਦੀ ਸਾਰੀ ਰਾਤ ਲੰਗੇ ਖੜਗ ਸਿੰਘ ਦਾ ਡਰ ਸਤਾਈ ਜਾਂਦਾ ਭਾਵੇਂ ਬਾਹਰ ਤੋ ਬੇਲੇ ਦੇ ਕੋਈ ਖੰਗੇ ਇਸੇ ਤਰ੍ਹਾਂ ਮਹੀਨੇ ਕਈ ਲੰਘ ਗਏ ਖੜਗ ਸਿੰਘ ਉਸ ਪਾਸੇ ਵੱਲ ਨਾ ਆਇਆ ਬਾਬਾ ਭਾਰਤੀ ਵੀ ਸੋਚਣ ਲੱਗ ਪਏ ਜਿਵੇਂ ਕਿਸੇ ਸੁਪਨੇ ਐਵੇਂ ਡਰ ਪਾਇਆ ਇੱਕ ਦਿਨ ਸ਼ਾਮ ਵੇਲੇ ਬਾਦਸ਼ਾਹ ਵਾਂਗੂੰ ਚੜ ਕੋੜੇ ਦੇ ਸ਼ਹਿਰ ਨੂੰ ਜਾਵਦੇ ਨੇ ਨੂਰ ਮੁਖ ਦੇ ਉੱਤੇ ਸੀ ਚਮਕ ਰਹਾ ਮਨ ਆਪਣੇ ਘੋੜਾ ਸਲਾਮ ਦੇ ਨੇ ਇਨ ਚਿਰ ਨੂੰ ਇੱਕ ਹਵਾਰ ਆਈ ਰੁੱਖ ਹੇਠ ਕੋਈ ਬੈਠਾ ਕਰਾ ਰਿਹਾ ਸੀ ਨੇੜੇ ਗਏ ਤਾਂ ਬਾਬਾ ਕੀ ਵੇਖਦਾ ਏ ਇੱਕ ਬਿਮਾਰ ਸੀ ਜੋ ਕੁੜਲਾ ਰਿਹਾ ਸੀ ਰੋਗੀ ਆਖਰਾ ਬਾਬਰੀ ਲਾਗਲੇ ਪਿੰਡ ਮੈਂ ਜਾਣਾ ਏ ਜੇ ਤੁਸੀਂ ਛਾੜਿਆ ਵੋ ਪਰਾ ਕਰੇਗਾ ਰੱਬ ਤੁਸਾਂ ਦਾ ਵੀ ਜੇ ਕਰੇ ਇਸ ਗਰੀਬ ਤੇ ਤਰਸ ਖਾਉਂ ਬਾਬੇ ਸੋਚਿਆ ਇਸ ਵਿੱਚ ਜਾਉਂਦਾ ਕੀ ਉਹਨੂੰ ਕੋੜ ਦੇ ਉੱਤੇ ਚੜਾ ਲਿਆ ਆ ਫੜ ਲਗਾ ਮ ਲੱਗ ਗਏ ਅੱਗੇ ਕੋੜਾ ਪਿੰਡ ਦੇ ਰਾਤੇ ਪਾਲਿਆ ਝਟਕਾ ਲੱਗਾ ਲਗਾ ਵੇ ਛੁੱਟ ਗਏ ਕੋੜਾ ਪੱਜਾ ਸਵਾਰੋ ਤਣ ਬੈਠਾ ਜੀਨੂੰ ਸਮਝ ਬਿਮਾਰ ਬਿਠਾਇਆ ਸੀ ਖੜਕ ਸਿੰਘ ਆਪੂ ਉਹ ਬਾਣ ਬੈਠਾ ਬਾਬੇ ਮੂਹਨਰ ਆਸਾ ਦੀ ਚੀਕ ਨਿਕਲੀ ਚੁੱਪ ਹੋਏ ਤੇ ਫੇਰ ਆਵਾਜ਼ ਮਾਰੀ ਜ਼ਰਾ ਠਹਿਰ ਜਾ ਤੇ ਮੇਰੀ ਗੱਲ ਸੁਣ ਜਾ ਇਹ ਬੇਨਤੀ ਹੈ ਮੇਰੀ ਅੰਤਵਾਰੀ ڈاکੂ ਰੁਕ ਗਿਆ ਬਾਬਾ ਕੋਲ ਗਿਆ ਜਾ ਕੇ ਬਾਬੇ ਨੇ ਉੱਚੀ ਆਵਾਜ਼ ਕੇ ਹਾ ਘੋੜਾ ਹੋਇਆ ਤੇਰਾ ਮੈਂ ਨਾ ਮੰਗਾ ਮੇਰਾ ਇਸ ਤੇ ਕੋਈ ਨਾ ਹੱਕ ਰਿਹਾ ਇੱਕ ਗੱਲ ਮੇਰੀ ਪਰ ਬੰਨ ਪੱਲੇ ਮੈਨੂੰ ਆਪਣੇ ਦਿਲ ਹਮੇਸ਼ ਰੱਖੀ ਕੋੜਾ ਕਿਦਾਂ ਹੈ ਮੇਰੇ ਤੋਂ ਤੂੰ ਖੜਿਆ ਇਹ ਹੋਰ ਨਾ ਕਿਸੇ ਨੂੰ ਜਾ ਦੱਸੀ ਖੜਕ ਸਿੰਘ ਨੂੰ ਕੁਝ ਨਾ ਸਮਝ ਆਈ ਬਾਬਾ ਆਖਣਾ ਕੀ ਚਾਹੁੰਦਾ ਏ ਇਹਦਾ ਡਰ ਕੀ ਏ ਮੈਨੂੰ ਤੁਸੀਂ ਦੱਸੋ ਨਾਲ ਆ ਜੀਓ ਪੁੱਛ ਆਮਦਾ ਏ ਬਾਬੇ ਆਖਿਆ ਗੱਲ ਜੇ ਤੂੰ ਦਸੀ ਦੀਨ ਦੁਖੀਆਂ ਤੋਂ ਉੱਠ ਇਤਵਾਰ ਜਾਣਾ ਲੋੜ ਵੰਦਵੇ ਕਿਸੇ ਦੇ ਦਰ ਜਾਉ ਉਹਨੂੰ ਕਿਸੇ ਨੇ ਫੇਰ ਨਹੀਂ ਮੂੰ ਲਾਣਾ ਇਨੀ ਆਕੇ ਬਾਬੇ ਨੇ ਪਿੱਠ ਮੋੜੀ ਖੜਗ ਸਿੰਘ ਨੂੰ ਸੋਚਿਓ ਗੱਲ ਪਾ ਗਈ ਬਾਬਾ ਦੇਵਤਾ ਤੇ ਮੈਂ ਖੜਾ ਕਿੱਥੇ ਇਹੋ ਸੋਚੋ ਦੇ ਦਿਲ ਸੱਲ ਪਾ ਗਈ ਰਾਤ ਹੋਈ ਅੱਧੀ ਸਾਰੇ ਸੁੰਨ ਛਾਈ ਕੋੜਾ ਖੜਕ ਸਿੰਘ ਮੋੜ ਕੇ ਲਿਆਂ ਵੰਦਾ ਏ ਹੌਲੀ ਹੌਲੀ ਤਵੇਲੇ ਦੇ ਵਿੱਚ ਵੜਿਆ ਕੋੜਾ ਬੰਨ ਉਥੋਂ ਟੌਰ ਜਾਂਦਾ ਏ ਹੰਜੂ ਆਏ ਅੱਖੀ ਮਨ ਹੋਇਆ ਹੌਲਾ ਹੱਥ ਜੋੜ ਕੇ ਤੇ ਨਮਸਕਾਰ ਕਰਦਾ ਬਾਬਾ ਉਸ ਨੂੰ ਰੱਬ ਦਾ ਰੂਪ ਦਿਸੇ ਲੱਗੇ ਅੱਖਾਂ ਤੋਂ ਪਰਾਂ ਹੋ ਗਿਆ ਪਰਦਾ ਚੌਥੇ ਪੈਰ ਬਾਬੇ ਇਸ਼ਨਾਨ ਕੀਤਾ ਸੁਤੇ ਸਿੱਧ ਤਵੇਲੇ ਵੱਲ ਟੁਰ ਪਿਆ ਓ ਜਾ ਕੇ ਫਾਟਕ ਤੇ ਭੁੱਲ ਮਹਿਸੂਸ ਹੋਈ ਪੁੱਠੇ ਪੈਰ ਉਥੋਂ ਫੇਰ ਮੁੜ ਪਿਆ ਓ ਪੈਰ ਚਾਪ ਸੁਣ ਹਿੰਕ ਸੁਲਤਾਨ ਪਿਆ ਬਾਬਾ ਭੱਜ ਕੇ ਗਲ ਜਾ ਲੱਗਿਆ ਏ ਜਿਵੇਂ ਵਿਛੜੇ ਪੁੱਤ ਨੂੰ ਪਿਓ ਮਿਲਿਆ ਇੰਜ ਅੱਖੀਆਂ ਚੋਂ ਹੜ ਵਗਿਆ ਏ ਬਾਬਾ ਘੋੜੇ ਦੀ ਪਿੱਠ ਤੇ ਹੱਥ ਫੇਰੇ ਨਾਲੇ ਮੂੰਹੋਂ ਇਹ ਗੱਲ ਉਹ ਆਖਦਾ ਏ ਦੀਨ ਦੁਖੀਆਂ ਤੋਂ ਕੋਈ ਕਿਉਂ ਮੂੰਹ ਮੋੜੂ ਨੇਕੀ ਪੁੱਟਿਆ ਮੁੜ ਜਾ ਪਾਪ ਦਾ ਏ